ਸੂਰਜ ਨੂੰ ਹੱਥ ਪਾਉਣਾ ਔਖਾ, ਤਾਰੇ ਤੋੜ ਲਿਆਉਣਾ ਔਖਾ, ਕਹਿੰਦੇ ਸਮੁੰਦਰਾਂ ਨੂੰ ਜਿਵੇਂ ਮਿਲਿਆ ਨਹੀਂ ਜਾਂਦਾ ਤੇ ਪੱਥਰਾਂ ਨੂੰ ਪਿਘਲਾਉਣਾ ਔਖਾ, ਕਹਿੰਦੇ ਤਾਰ ਨੂੰ ਸਫਤਾਰ ਸਮਝ ਕੇ ਤੇ ਸੁਰਤੇ ਵਿੱਚ ਗਾਉਣਾ ਔਖਾ, ਸੁਰਤੇ ਵਿੱਚ ਗਾਉਣਾ ਔਖਾ। ਸੋ ਇੱਕ ਵਾਰੀ ਜ਼ੋਰਦਾਰ ਤੜੀਆਂ ਤਾੜੀਆਂ ਲਾ ਲਓ ਜੀ ਇੱਕ ਕਲਾਕਾਰ ਦੇ ਲਈ ਜਿਹੜਾ ਇੰਨੇ ਸੁਰ ਦੇ ਵਿੱਚ ਲਾਈਵ ਗਾਉਣਾ ਸੌਖਾ ਨਹੀਂ ਹੁੰਦਾ। ਤੇ ਜੀ ਥੈਂਕ ਯੂ ਸੋ ਮਚ ਸਰ, ਕੀ ਅੱਜ ਤੁਸੀਂ ਰੰਗ ਬੰਨਦੇ? ਕੁਲਦੀਪ ਕੰਠ ਜੀ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਗਾ ਦਿਓ ਜੀ ਇੱਕ ਵਾਰੀ। ਥੈਂਕ ਯੂ ਮਿਹਰਬਾਨੀ ਮੈਡਮ ਹਰਮਨ ਜੀ, ਸਾਡੇ ਜੋ ਕਿ ਅੱਜ ਬਹੁਤ ਹੀ ਅੱਛੇ ਸਟੇਜਾਂ ਦੇ ਐਂਕਰ ਨੇ, ਵੱਡੀਆਂ ਵੱਡੀਆਂ ਪ੍ਰੋਫੈਸ਼ਨਲ ਜੋ ਕਿ ਸਟੇਜਾਂ ਸਾਹਮਣੇ ਨੇ ਹੈਂਡਲ, ਉਹਨਾਂ ਦੀ ਕਲਮ ਤੋਂ ਇੱਕ ਉੱਠੀ ਆਵਾਜ਼ ਦਾਨ ਦੇਣ ਬਾਰੇ ਵੀ ਜੇ ਫਿਰ ਸੋਚਿਓ, ਪਹਿਲਾਂ ਹੱਥ ਫੜੋ ਲੋੜਵੰਦ ਭਾਈ ਦਾ, ਕਿਉਂਕਿ ਇਹ ਜਿਹੜੀਆਂ ਦਿਮਾਗ ਦੇ ਵਿੱਚ ਗੱਲਾਂ ਆਉਂਦੀਆਂ ਉਹਨਾਂ ਬੰਦਿਆਂ ਦੇ ਦਿਮਾਗ 'ਚ ਗੱਲਾਂ ਆਉਂਦੀਆਂ ਨੇ ਜਿਹੜੇ ਕਿ ਕੁਝ ਅੱਛੀਆਂ ਗੱਲਾਂ ਜਾਣਦੇ ਨੇ, ਕੁਝ ਸਿੱਧੀਆਂ ਰੱਬ ਨਾਲ ਗੱਲਾਂ ਕਰਦੇ ਨੇ, ਕਿਉਂਕਿ ਮੇਰੇ ਕੋਲ ਤਾਂ ਗੁਰਬਾਣੀ ਦੇ ਵੈਸੇ ਹੀ ਭੇਜਦੇ ਰਹਿੰਦੇ ਨੇ। ਤਾੜੀ ਮਾਰ ਦਿਓ ਬਾਈ ਤਰਸੇਮ ਭੰਡਾਰ ਜੀ ਦੇ ਨਾਮ ਦੀ, ਜਿਹਨਾਂ ਨੇ ਲਾਈਨਾਂ ਲਿਖੀਆਂ ਨੇ, ਕਿਉਂਕਿ ਗੀਤ ਰਿਕਾਰਡ ਹੋ ਚੁੱਕਿਆ ਜੀ ਵਿਦ ਵੀਡੀਓ, ਇਹ ਚੈਨਲ 'ਤੇ ਵੀ ਪੈ ਚੁੱਕਿਆ। ਸੋ ਬੇਸ਼ ਹੈ ਦਾਨ ਦੇਣ ਬਾਰੇ ਵੀਰੇ, ਫਿਰ ਸੋਚਿਓ, ਪਹਿਲਾਂ ਹੱਥ ਫੜੋ ਲੋੜਵੰਦ ਭਾਈ ਦਾ। ਸੋ ਬੇਸ਼ ਹੈ ਆਓ ਜੀ, ਮਿਹਨਤਾਂ ਦੇ ਨਾਲ ਮਿਲਦੀਆਂ ਸ਼ੌਹਰਤਾਂ, ਨਾ ਐਵੇਂ ਕਿਸੇ ਦੀ ਤਰੱਕੀ ਦੇਖ ਸੜੀਏ। ਉਹ ਚਾਰ ਦਿਨ ਜੱਗ ਵਾਲਾ ਵੇਲਾ ਮਿੱਤਰੋ, ਨਾ ਐਵੇਂ ਆਂਢ ਤੇ ਗੁਆਂਢ ਵਿੱਚ ਲੜੀਏ।
ਵੀ ਕਹਿੰਦੀ ਹੈ, ਪਵਿੱਤਰ ਗੁਰਬਾਣੀ ਵੀ ਕਹਿੰਦੀ ਹੈ ਕਿ ਸਭ ਤੋਂ ਵੱਡਾ ਮਾਪੇ ਗੁਰੂ ਹੈ। ਤਾੜੀ ਮਾਰਦੇ ਸਾਡੇ ਤਰਸੇਮ ਕੁਰਤਾਰ ਜੀ ਸਰਦੀਆਂ ਦੇ ਨਾਮ ਦੀ ਬੜੀ ਕਲਮ ਅੱਛੀ ਇਹਨਾਂ ਦੀ, ਬਾਕੀ ਅੱਜ ਰਿਲੀਜ਼ ਹੋਇਆ ਗਾਣਾ ਦੇਖਦੇ ਹਾਂ ਕਿੰਨੇ ਕੁ ਲੋਕ ਕਿੰਨੇ ਕੁ ਅੱਛੇ ਬੰਦੇ ਬੈਠੇ ਨੇ ਦੁਨੀਆਂ 'ਚ।